ਸਵਾਗਤ ਹੈ ਖਬਰਾਂ ਦੀ ਖਬਰ ਦੇ ਵਿੱਚ ਐਸ ਡੀ ਪੀ ਸੀ ਦੇ ਵੱਲੋਂ ਚੁੱਕੇ ਮਹ ਸਵਾਲਾਂ ਦੇ ਨਾਲ ਇਹ ਜੁੜੀ ਕੋਈ ਖਬਰ ਹੈ ਐਸ ਡੀ ਪੀ ਸੀ ਦੀਆਂ ਜ਼ਮੀਨਾਂ ਤੇ ਕਬਜ਼ੇ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਐਸ ਡੀ ਪੀ ਸੀ ਦੇ ਵੱਲੋਂ ਸਪਸ਼ਟਕਰਨ سامنے ਆਇਆ ਜਿਸ ਵਿੱਚ ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਸਰਕਾਰੀ ਨੁਮਾਇੰਦੇ ਆ ਦੇ ਕਾਰਨ ਕੇਸ ਜਿੱਤਣ ਮਗਰੋਂ ਐਸ ਡੀ ਪੀ ਸੀ ਨੂੰ ਕਬਜ਼ੇ ਮਿਲ ਰਹੇ ਨੇ ਅਦਾਲਤ ਦੇ ਆਰਡਰ ਤੋਂ ਬਾਅਦ ਹੀ ਜ਼ਮੀਨ ਕਬਜ਼ੇ ਲੈ ਰਹੇ ਨੇ ਪਰ ਸਰਕਾਰ ਸਾਥ ਨਹੀਂ ਦੇ ਰਹੀ ਇਲਜ਼ਾਮ ਇਹ ਵੀ ਲਗਾਏ ਗਏ ਨੇ ਕਿ ਐਸ ਡੀ ਪੀ ਸੀ ਤੇ ਕਬਜ਼ਾ ਕਰਨ ਦੇ ਲਈ ਕਈ ਤਾਕਤਾਂ ਕੰਮ ਕਰ ਰਹੀਆਂ ਨੇ ਸੋ ਇੱਕ ਵੱਡੀ ਖਬਰ ਹੈ ਐਸਜੀਪੀਸੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਈ ਤਰੀਕੇ ਦੇ ਇਲਜ਼ਾਮ ਲਗਾਏ ਗਏ ਨੇ ਸਾਡੇ ਸਹਿਯੋਗੀ ਪਰਮਵੀਰ ਸਿੰਘ ਔਲਾ ਕੇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਪਰਮ ਤੁਸੀਂ ਮੌਕੇ ਤੇ ਮੌਜੂਦ ਸੀ ਕੀ ਕੁਝ ਰਿਹਾ ਕੀ ਆਖਰਕਾਰ ਪੂਰਾ ਮਾਮਲਾ ਸੰਖੇਪ ਦੇ ਵਿੱਚ ਦੱਸੋ ਆ ਬਿਲਕੁਲ ਮਨਪ੍ਰੀਤ ਮੈਂ ਤੁਹਾਨੂੰ ਦੱਸ ਦਿਆਂ ਕਿ ਮਿੱਠੂ ਸਿੰਘ ਕਾਨੀਕੇ ਜਿਹੜੇ ਨੇ ਉਹਨਾਂ ਨੇ ਇਲਜ਼ਾਮ ਲਾਏ ਸੀਗੇ ਐਸਡੀਪੀਸੀ ਦੇ ਉੱਤੇ ਕਿ ਇਹਨਾਂ ਵੱਲੋਂ ਜਿਹੜੇ ਹੈ ਧੱਕੇ ਨਾਲ ਕਬਜ਼ੇ ਕੀਤੇ ਜਾ ਰਹੇ ਨੇ ਪਰ ਉਸੇ ਤੇ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕੀਤੀ ਗਈ ਹੈ ਪਿੱਟੇਵੜ ਜਿਹੜੇ ਮੈਂਬਰ ਨੇ ਐਸਡੀਪੀਸੀ ਦੇ ਨਾਲ ਉਹਨਾਂ ਦੇ ਹੋਰ ਵੀ ਸਹਿਯੋਗੀ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਪਿੰਡਾਂ ਦੀਆਂ ਦੇ ਵਿੱਚ ਲੋਕਲ ਕਮੇਟੀਆਂ ਹੁੰਦੀਆਂ ਨੇ ਯਾਨੀ ਕਿ ਪਿੰਡਾਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਬਾਨ ਹੁੰਦੇ ਨੇ ਉਹਨਾਂ ਦੇ ਵਿੱਚ ਲੋਕਲ ਕਮੇਟੀ ਜਿਹੜੀ ਪਿੰਡਾਂ ਦੀ ਹੁੰਦੀ ਹੈ ਉਹਨਾਂ ਵੱਲੋਂ ਉਹਨਾਂ ਦੁਆਰਾ ਜਿਹੜਾ ਐਸਜੀਪੀਸੀ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਜਾਂਦਾ ਹੈ ਕਿ ਕਬਜ਼ੇ ਕੀਤੇ ਵੀ ਜਾ ਰਹੇ ਨੇ ਯਾਨੀ ਕਿ ਜੇਕਰ ਉਹ ਗੱਲ ਕਰਨ ਕਰੀਏ ਤਾਂ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਜੇਕਰ ਬਾਬਾ ਬੁੱਢਾ ਸਾਹਿਬ ਦੀ ਗੱਲ ਹੋਵੇ ਬਾਬਾ ਬੁੱਢਾ ਸਾਹਿਬ ਦੀ ਬੀੜ ਗੁਰਦੁਆਰਾ ਸਾਹਿਬ ਹੈ ਉੱਥੇ ਕਹਿੰਦੇ ਨੇ ਕਿ 15 ਏਕੜ ਤੋਂ ਵੱਧ ਦੀ ਜ਼ਮੀਨ ਜਿਹੜੀ ਸੀਗੀ ਉਸ ਤੋਂ 11 ਏਕੜ ਜਿਹੜੀ ਜ਼ਮੀਨ ਹੈ ਉਸ ਤੇ ਅਸੀਂ ਕਬਜ਼ਾ ਖੁਦ ਕੀਤਾ ਕਿਉਂ ਕੀਤਾ ਕਿਉਂਕਿ ਸਾਨੂੰ ਕੋਰਟ ਦੇ ਆਰਡਰ ਸੀਗੇ ਈਵਨ ਉਹਨਾਂ ਨੇ ਕੋਰਟ ਦੀਆਂ ਸਾਨੂੰ ਕਾਪੀਆਂ ਵੀ ਦਿਖਾਈਆਂ ਸਾਰੀ ਪ੍ਰੈਸ ਮੀਡੀਆ ਉੱਥੇ ਮੌਜੂਦ ਸੀਗੇ ਉਹਨਾਂ ਨੇ ਕਿਹਾ ਕਿ ਕੁਝ ਕੁ ਤਾਕਤਾਂ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਮਨਪ੍ਰਿਤ ਉਹ ਵੱਡੀਆਂ ਗੱਲਾਂ ਕਰਕੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਕੁਝ ਕੁ ਤਾਕਤਾਂ ਐਸੀਆਂ ਨੇ ਜਿਹੜੀਆਂ ਸ਼੍ਰੋਮਣੀ ਕਮੇਟੀ ਨੂੰ ਤੇ ਕਾਬਜ਼ ਹੋਣ ਨੂੰ ਫ ਤਾਂ ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਅਸੀਂ ਨਜ਼ਾਇਜ਼ ਕਬਜ਼ੇ ਨਹੀਂ ਕਰ ਰਹੇ ਹੈਗੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਹੈਗੀ ਆ ਜਿਹੜੀ ਦਾਨੀ ਸੱਜਣਾ ਵੱਲੋਂ ਦਿੱਤੀ ਜਾਂਦੀ ਹੈ ਉਹਨਾਂ ਤੇ ਕਈ ਲੋਕਾਂ ਦਾ ਕਬਜ਼ਾ ਹੈ ਕਈ ਲੋਕਲ ਕਮੇਟੀਆਂ ਦੇ ਜਿਹੜੇ ਪਹਿਰੇਦਾਰ ਬਣੇ ਹੋਏ ਨੇ ਉਹਨਾਂ ਦਾ ਉਹਨਾਂ ਦੇ ਕਬਜ਼ੇ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਉਹਨਾਂ ਤੋਂ ਕਬਜ਼ੇ ਅਸੀਂ ਵਾਪਸ ਲੈ ਰਹੇ ਆਂ ਪਰ ਜਿਹੜੀ ਸਰਕਾਰ ਜਾਂ ਸਰਕਾਰ ਦੇ ਨੁਮਾਇਦੇ ਜਾਂ ਪਿਛਲੀ ਸਰਕਾਰ ਜਾਂ ਮੌਜੂਦਾ ਸਰਕਾਰ ਉਹਨਾਂ ਨੇ ਕਿਹਾ ਕਿ ਸਾਡਾ ਬਿਲਕੁਲ ਵੀ ਸਹਿਯੋਗ ਨਹੀਂ ਦੇ ਰਹੀ ਕੋਈ ਪੁਲਿਸ ਪ੍ਰਸ਼ਾਸਨ ਸਾਡਾ ਸਹਿਯੋਗ ਨਹੀਂ ਦੇ ਦੇ ਰਿਹਾ ਅਸੀਂ ਆਪਣੇ ਦਮ ਤੇ ਹੀ ਇਹ ਕਬਜ਼ੇ ਲੈ ਰਹੇ ਆਂ ਯਾਨੀ ਕਿ ਕੁਝ ਕਬਜ਼ੇ ਲੈ ਚੁੱਕੇ ਆਂ ਤੇ ਕੁਝ ਕਬਜ਼ੇ ਜਿਹੜੇ ਨੇ ਉਹ ਬਾਕੀ ਨੇ ਜੀ ਮਨਪ੍ਰੀਤ ਵਾਕਈ ਆ ਪਰਮਾ ਬਹੁਤ ਵੱਡਾ ਮਾਮਲਾ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਸਕਦਾ ਸੋ سنگੀਨ ਇਲਜ਼ਾਮ ਵੀ ਲਗਾਏ ਗਏ ਨੇ ਆਖਿਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਮੁੱਦਾ ਅੱਗੇ ਖੜਾ ਹੋਵੇਗਾ ਕੀ ਕੁਝ ਗੱਲਾਂ ਨਿਕਲ ਕੇ ਆਣਗੀਆਂ ਦੇਖਣਾ ਜ਼ਰੂਰ ਬਾਕੀ ਰਹੇਗਾ ਜਾਣਕਾਰੀ ਦੇਣ ਲਈ ਧੰਨਵਾਦ ਕਰਨਾ ਚਾਹਾਂਗੇ